ਪੂਰੀ ਮਹਿਫਲ ਮੈਂ ਵੇਖ ਰਿਹਾ ਸਾਂ, ਕੋਈ ਬੋਲਦਾ ਕੋਈ ਨਹੀਂ ਬੋਲਦਾ ਬੋਲਦਾ। ਭਾਈ ਫਰਮਾਨ ਨਸੀਬ ਸਾਹਿਬ ਬੜੀ ਮਾਸ਼ਾਅੱਲਾ ਅੱਛੀ ਨਕਾਬਤ ਕਰ ਰਹੇ ਸਨ। ਮੈਂ ਇੱਕ ਸਬਕ ਸੁਣਾਉਣਾ ਭਾਈ ਨੂੰ, ਬਾਵਾਜ਼ ਬੁਲੰਦ ਕਵੋ ਸੁਭਾਨ ਅੱਲਾ, ਇੱਕ ਜੁਮਲਾ ਸੁਣੋ, ਜੇ ਦਿਲ ਕੀਤਾ ਸੁਭਾਨ ਅੱਲਾ ਬੋਲਣ ਤੇ ਬੋਲ ਲਿਓ, ਜੇ ਨਾ ਕੀਤਾ ਤੇ ਫਿਰ ਤੁਹਾਡੀ ਮਰਜ਼ੀ। ਸ਼ਾਇਰ ਨੇ ਇੱਕ ਜੁਮਲਾ ਲਿਖਿਆ ਬੜੀ ਮੁਹੱਬਤ ਦੇ ਨਾਲ, ਸ਼ਾਇਰ ਕਹਿੰਦਾ ਭਾਵੇਂ ਸੱਜੇ ਲੈ ਜਾ ਤੇ ਭਾਵੇਂ ਖੱਬੇ ਲੈ ਜਾ, ਭਾਵੇਂ ਪੰਡਾ ਲੈ ਜਾ ਤੇ ਭਾਵੇਂ ਥੱਬੇ ਲੈ ਜਾ, ਹੁਣ ਮਰਜ਼ੀ ਤੁਹਾਡੀ ਏ, ਤੁਸਾਂ ਆਪਣੀ ਮਰਜ਼ੀ ਕਰਨੀ ਏ, ਇੱਕ ਵਾਰੀ ਕਹਿ ਸੁਭਾਨ ਅੱਲਾ ਤੇ ਨੇਕੀਆਂ ਪੂਰੀਆਂ ਨੱਬੇ ਲੈ ਜਾ। ਫੇਰ ਸੁਣੋ, ਚੁੱਪ ਚੁੱਪ ਤੇ ਬੰਦਾ ਬੋਰ ਲੱਗਦਾ, ਮੇਰੇ ਵੱਲ ਬੰਦੇ ਵੇਖ ਰਹੇ ਨੇ ਬੜੇ ਘੂਰ ਘੂਰ ਕੇ ਤੇ ਗੁੱਸੇ ਦੇ ਨਾਲ। ਮੈਂ ਉਹਨਾਂ ਦੀ ਖਿਦਮਤ ਦੇ ਅੰਦਰ ਜਿਹੜਾ ਨਾ ਮੈਂ ਸੁਣਾ ਰਿਹਾ ਕਿ ਚੁੱਪ ਚੁੱਪ ਤੇ ਬੰਦਾ ਬੋਰ ਲੱਗਦਾ। ਵਸੀਮ ਕਾਦਰੀ ਸਾਹਿਬ ਨੇ ਸਾਨੂੰ ਮਹਿਫਲ ਸਜਾ ਕੇ, ਇਹਨਾਂ ਦੇ ਬਰਾਦਰ ਨੇ ਮਹਿਫਲ ਸਜਾ ਕੇ ਸਾਡੇ ਲਈ ਬਖਸ਼ਿਸ਼ ਦਾ ਜ਼ਰੀਆ ਬਣਾਇਆ। ਕਿਵੇਂ ਅਸੀਂ ਮਹਿਫਲ 'ਚ ਬਹਿ ਕੇ ਸੁਭਾਨ ਅੱਲਾ ਮਾਸ਼ਾਅੱਲਾ, ਸ਼ਾਹ ਸਾਹਿਬ ਜਦੋਂ ਖਿਤਾਬ ਕਰਨਗੇ ਖਿਤਾਬ ਸੁਣ ਕੇ ਸੁਭਾਨ ਅੱਲਾ ਮਾਸ਼ਾਅੱਲਾ ਨਾਰੇ ਬੁਲਾਵਾਂਗੇ, ਸਾਡਾ ਨਾਮਾ ਇਮਾਲ ਦੇ ਅੰਦਰ ਨੇਕੀਆਂ ਲਿਖੀਆਂ ਜਾਣਗੀਆਂ। ਇਹਨਾਂ ਇੱਕ ਬਖਸ਼ਿਸ਼ ਦਾ ਜ਼ਰੀਆ ਬਣਾਇਆ ਹੈ ਨਾ। ਚੁੱਪ ਚੁੱਪ ਤੇ ਬੰਦਾ ਬੋਰ ਲੱਗਦਾ, ਖੁਸ਼ ਹੋ ਕੇ ਤੁਸਾਂ ਹੁਣ ਕਹਿਣਾ ਸੁਭਾਨ ਅੱਲਾ। ਚੁੱਪ ਚੁੱਪ ਤੇ ਬੰਦਾ ਬੋਰ ਲੱਗਦਾ, ਜੇ ਖੁਸ਼ ਹੋਵੇ ਤੇ ਹੋਰ ਲੱਗਦਾ। ਚੁੱਪ ਚੁੱਪ ਤੇ ਬੰਦਾ ਬੋਰ ਲੱਗਦਾ, ਜੇ ਖੁਸ਼ ਹੋਵੇ ਤੇ ਹੋਰ ਲੱਗਦਾ। ਪੂਰੀਆਂ ਨੱਬੇ ਨੇਕੀਆਂ ਮਿਲਦੀਆਂ ਸੁਭਾਨ ਅੱਲਾ ਤੇ ਕਿਹੜਾ ਜ਼ੋਰ ਲੱਗਦਾ। ਜਿਹੜਾ ਚਾਹੁੰਦਾ ਜੰਨਤ ਉਹ ਸੱਜਾ ਹੱਥ ਬੁਲੰਦ ਕਰੇ, ਜ਼ਰਾ ਕਰੋ ਜ਼ਰਾ ਬੁਲੰਦ। ਮਾਸ਼ਾਅੱਲਾ ਮਾਸ਼ਾਅੱਲਾ। ਇੱਕ ਮੈਂ ਹੋਰ ਤੁਹਾਨੂੰ ਗੱਲ ਦੱਸ ਜਾਵਾਂ, ਅੱਜ ਜਿਹੜੇ ਗੁਸਤਾਖ ਬੋਲ ਰਹੇ ਨੇ ਨਾ, ਸਰਕਾਰ ਦੀ ਸ਼ਾਨ ਦੇ ਅੰਦਰ ਗੁਸਤਾਖੀ ਕਰਦੇ ਨੇ, ਇਹ ਸਾਡੀ ਜਿਹੜੀ ਹੈ ਨਾ ਕੰਮ ਜ਼ਰਫੀ ਹੈ, ਕੰਮ ਮਕਲੀ ਹੈ। ਅਸੀਂ ਮਹਿਫਲਾਂ 'ਚ ਬੋਲੇ ਹੀ ਨਹੀਂ ਹੈ, ਉਹਨਾਂ ਗੁਸਤਾਖਾਂ ਨੂੰ ਪਤਾ ਲੱਗ ਗਿਆ ਸੁਣੀ ਤੇ ਸੌਂਗੇ ਨੇ, ਤੇ ਅਸੀਂ ਜਿਵੇਂ ਮਰਜ਼ੀ ਗੁਸਤਾਖੀਆਂ ਕਰੀਏ। ਤੁਸਾਂ ਹੁਣ ਸ਼ਾਹ ਸਾਹਿਬ ਨੂੰ ਜਦੋਂ ਦਾਵਤ ਦੇਣੀ ਹੈ ਮੁਹੱਬਤ ਦਾ, ਐਲਾਨ ਕਰਨਾ ਇਨਸ਼ਾਅੱਲਾ, ਤੇ ਜਦੋਂ ਨੈੱਟ ਦੇ ਵੀਡੀਓ ਚੜ੍ਹੇ, ਗੁਸਤਾਖਾਂ ਨੂੰ ਪਤਾ ਲੱਗੇ ਸਰਕਾਰ ਦੇ ਉਮਤੀ ਜਿਹੜੇ ਨੇ ਨਾ, ਸੈਯਦਾਂ ਦੀ ਸਦਾਰਤ ਦੇ ਅੰਦਰ ਮਹਿਫਲ ਸਜਾ ਕੇ ਨਾ, ਸਰਕਾਰ ਦੇ ਨਾਂ ਤੋਂ ਤਨ ਮਨ ਧਨ ਸਾਰਾ ਕੁਝ ਕੁਰਬਾਨ ਕਰਨ ਦੀ ਹਿੰਮਤ ਰੱਖਦੇ ਨੇ। ਦੋਵੇਂ ਹੱਥ ਬੁਲੰਦ ਕਰਕੇ ਜ਼ਰਾ ਦੱਸੋ, ਹਾਂ ਸੁਭਾਨ ਅੱਲਾ ਕਹਿ ਕੇ ਰੱਖਦੇ ਹੋ? ਮੈਂ ਸਿਰਫ ਦੋ ਸ਼ੇਰ ਪੜ੍ਹਨੇ ਨੇ, ਹਰ ਬੇਅਸੂਲ ਕੇ ਲੀਏ, ਇਹ ਪੜ੍ਹ ਕੇ ਨਾ ਮੈਂ ਟੱਚ ਕਰਨਾ ਤੁਹਾਨੂੰ, ਤੁਸੀਂ ਬੋਲੋਗੇ ਕਿ ਨਹੀਂ ਫਿਰ ਮੈਂ ਕਲਾਮ ਸ਼ੁਰੂ ਕਰਨਾ ਹੈ। ਹਰ ਬੇਅਸੂਲ ਕੇ ਲੀਏ ਏਕ ਫਿਤਰੀ ਅਸੂਲ ਜ਼ਿੰਦਾ ਹੈ, ਹਰ ਹਰ ਬੇਅਸੂਲ ਕੇ ਲੀਏ ਏਕ ਫਿਤਰੀ ਅਸੂਲ ਜ਼ਿੰਦਾ ਹੈ, ਮਨਾ ਕੇ ਜਸ਼ਨੇ ਮਿਲਾਦ ਬਤਾ ਦੇ ਜ਼ਮਾਨੇ ਕੋ, ਮਨਾ ਕੇ ਜਸ਼ਨੇ ਮਿਲਾਦ ਬਤਾ ਦੇ ਜ਼ਮਾਨੇ ਕੋ, ਦਰੂਦ ਵਾਲੇ ਮਹਿਫਲ ਸਜਾ ਕੇ ਐਲਾਨ ਕਰ ਰਹੇ ਹੈ, ਹਮ ਵਹੀ ਲੋਕ ਹੈ ਜਿਨਕਾ ਰਸੂਲ ਜ਼ਿੰਦਾ ਹੈ। ਅੱਜ ਜ਼ਾਕਰ ਨਾਇਕ ਪਾਕਿਸਤਾਨ ਆਏ ਤੇ ਸਾਰੇ ਖੁਸ਼ੀਆਂ ਮਨਾਣ, ਅੱਜ ਸਰਕਾਰ ਦੀ ਆਮਦ ਦੇ ਸਿਲਸਿਲੇ 'ਚ ਮਹਿਫਲ ਰੱਖੀਏ, ਖੁਸ਼ੀ ਮਨਾ ਕੇ ਕਹੋ ਸੁਭਾਨ ਅੱਲਾ। ਲਜਪਾਲ ਨਬੀ ਮੇਰਾ ਸੋਨ ਨਬੀ ਬਨ ਰਹਿਮਤ ਜੱਗ ਉੱਤੇ ਆਇਆ ਏ, ਨਹੀਂ ਹੋਣਾ ਮੇਰੇ ਯਾਰ ਜਿਹਾ, ਖੁਦ ਅੱਲਾ ਨੇ
ਫਰਮਾਇਆ ਹੈ, ਕਵੋ ਫਰਮਾਇਆ ਹੈ, ਹੱਥ ਬੁਲੰਦ ਕਰਕੇ ਕਵੋ ਫਰਮਾਇਆ ਹੈ, ਫਰਮਾਇਆ ਹੈ, ਫਰਮਾਇਆ ਹੈ। ਵਤੀ ਨੂੰ ਸੱਤੇ ਹੀ ਖੈਰਾਂ ਨੇ, ਖੈਰਾਂ ਨੇ, ਸਰਕਾਰ ਦੇ ਨਾਂ ਤੋਂ ਦੋਵੇਂ ਹੱਥ ਬੁਲੰਦ ਕਰਕੇ ਕਵੋ ਫਰਮਾਇਆ ਹੈ, ਫਰਮਾਇਆ ਹੈ, ਫਰਮਾਇਆ ਹੈ। ਲਜਪਾਲ ਨਬੀ, 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 ਮੇਰਾ ਸੋਹਣ ਨਬੀ, 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 ਬਨ ਰਹਿਮਤ ਜੱਗ ਉੱਤੇ ਆਇਆ ਹੈ, ਨਹੀਂ ਹੋਣਾ ਮੇਰੇ ਯਾਰ ਜਿਹਾ, ਖੁਦ ਅੱਲਾ ਨੇ ਫਰਮਾਇਆ ਹੈ, ਕਵੋ ਫਰਮਾਇਆ ਹੈ, ਤੁਸੀਂ ਵੀ ਜ਼ਰਾ ਬੋਲੋ ਨਾ, ਫਰਮਾਇਆ। ਮੈਂ ਸ਼ੇਰ ਅਗਲਾ ਪੜ੍ਹਨਾ ਤਾਂ ਜਦੋਂ ਸਾਰੇ ਬੋਲੇ ਫਰਮਾਇਆ ਹੈ, ਖੁਦ ਅੱਲਾ ਨੇ, ਖੁਦ ਅੱਲਾ ਨੇ ਸੱਜਾ ਹੱਥ ਬੁਲੰਦ ਕਰਕੇ ਕਵੋ ਹਾਂ, ਕਵੋ ਹਾਂ, ਕਵੋ ਹਾਂ, ਕਵੋ। ਖੁਦਾ ਦੀ ਇੱਜ਼ਤ ਦੀ ਕਸਮ, ਅਸੀਂ ਬੋਲਣ ਲੱਗ ਪਈ ਨਾ ਮਹਿਫਲ 'ਚ, ਤੇ ਕਿਸੇ ਗੁਸਤਾਖ ਦੀ ਹਿੰਮਤ ਨਾ ਹੋਏ, ਨਾ ਹੋਏ, ਅਸੀਂ ਚੁੱਪ ਕਰਕੇ ਬੈਠੇ ਹਾਂ। ਗੁਸਤਾਖ ਕਦੀ ਸਾਹਾਬਾ ਦੀ ਸ਼ਾਨ 'ਚ ਗੁਸਤਾਖੀ, ਕਦੀ ਸਰਕਾਰ ਦੀ ਸ਼ਾਨ 'ਚ ਗੁਸਤਾਖੀ, ਕਦੀ ਕੁਰਾਨ ਦੀ ਸ਼ਾਨ 'ਚ ਗੁਸਤਾਖੀ। ਅੱਲਾ ਦੀ ਕਸਮ, ਜਦੋਂ ਬੋਲਣ ਲੱਗ ਪਏ ਨਾ, ਰਾਜਪਾਲ ਵੰਗਰੇ ਜਿਹੜੇ ਉਹਦੇ ਹਮਾਇਤੀ ਨੇ, ਉਹ ਮਿਰਜ਼ੇ ਕਾਨੇ ਦੇ ਹਮਾਇਤੀ ਨੇ, ਉਹਨਾਂ ਨੂੰ ਪਤਾ ਲੱਗ ਜਾਏਗਾ ਸਰਕਾਰ ਦੇ ਨਾਂ ਤੋਂ ਇਹ ਗੁਲਾਮ ਮਰ ਮਿਟਣ ਵਾਲੇ ਨੇ, ਤੇ ਮਨ ਸੱਬਾ ਨਬੀਅਨ ਫਕਤੁਲ ਹੂ ਤੇ ਅਮਲ ਕਰਨ ਵਾਲੇ ਨੇ। ਹੱਥ ਬੁਲੰਦ ਕਰਕੇ ਕਹੋ ਸੁਭਾਨ ਅੱਲਾ, ਫਿਰ ਇੱਕ ਦਫਾ ਕਹੋ ਸੁਭਾਨ ਅੱਲਾ। ਫਰਮਾਇਆ ਇਹ ਸਾਰਿਆਂ ਕਹਿਣਾ, ਮੈਂ ਇੱਕ ਸ਼ੇਰ ਪੜ੍ਹਨਾ ਤੇ ਫਿਰ ਮੈਂ ਦਾਵਤ ਦੇ ਦੇਣੀ ਹੈ। ਲਜਪਾਲ ਨਬੀ, ਮੇਰਾ ਸੋਹਣਾ ਨਬੀ, ਬਨ ਰਹਿਮਤ ਜੱਗ ਤੇ ਆਇਆ ਏ, ਨਹੀਂ ਹੋਣਾ ਮੇਰੇ ਯਾਰ ਜਿਹਾ, ਖੁਦ ਅੱਲਾ ਨੇ, ਖੁਦ ਅੱਲਾ ਨੇ, ਉਹਦੇ ਦਮ ਨਾਲ ਕੁੱਲ ਨਜ਼ਾਰੇ ਨੇ, ਉਹਦੇ ਬੋਲ ਕੁਰਾਨ ਦੇ ਪਾਰੇ ਨੇ, ਉਹਦੇ ਦਮ ਨਾਲ ਕੁੱਲ ਨਜ਼ਾਰੇ ਨੇ, ਉਹਦੇ ਬੋਲ ਕੁਰਾਨ ਦੇ ਪਾਰੇ ਨੇ, ਉਹਦਾ ਸਾਇਆ ਨਜ਼ਰੀ ਨਹੀਂ ਆਉਂਦਾ, ਜਿਹਦਾ ਦੋ ਜੱਗ ਉੱਤੇ ਸਾਇਆ ਏ। ਲਜਪਾਲ ਨਬੀ, ਮੇਰਾ ਸੋਹਣਾ ਨਬੀ, ਬਨ ਰਹਿਮਤ ਜੱਗ ਤੇ ਆਇਆ ਏ, ਨਹੀਂ ਹੋਣਾ ਮੇਰੇ ਯਾਰ ਜਿਹਾ, ਖੁਦ ਅੱਲਾ ਨੇ, ਖੁਦ ਅੱਲਾ ਨੇ। ਅੱਲਾ ਹੀ ਹੈ ਜਿਹੜਾ ਤੁਹਾਡਾ ਵਾਰਿਸ ਹੈ। ਤੁਸੀਂ ਤੇ ਮਾਸ਼ਾਅੱਲਾ ਕਿੰਨੇ ਤਰਲੇ ਕਰ ਦਿੱਤੇ ਨੇ, ਤੁਸੀਂ ਨਹੀਂ ਬੋਲੇ। ਮੈਂ ਬਿਲਾ ਤਖੀਲ, ਮੈਂ ਅੱਲ ਨਬੀ ਉਲਾਦੇ ਅਲੀ ਪੀਰ ਸੈਯਦ ਮਹਿਬੂਬੁਲ ਮਹਿਬੂਬ ਸ਼ਾਹ ਸਾਹਿਬ ਬੁਖਾਰੀ ਆਪ ਨੂੰ ਦਾਵਤ ਦਿੰਦਾ, ਖਿਤਾਬ ਵਾਸਤੇ ਆਪਣੇ ਖਿਤਾਬ ਦੇ ਨਾਲ ਸਾਡੇ ਦਿਲਾਂ ਨੂੰ ਮੁਨੱਵਰੋ ਮੁਅੱਤਰ ਕਰਨ ਦੀ ਸਾਦਤ ਹਾਸਲ ਫਰਮਾਉਂਦੇ ਨੇ। ਅੱਗੇ ਤੇ ਅਸੀਂ ਸਰਕਾਰ ਦਾ ਜ਼ਿਕਰ ਕੀਤਾ ਹੈ ਤੇ ਹੁਣ ਵੀ ਇਹਨਾਂ ਵੀ ਸਰਕਾਰ ਦਾ ਜ਼ਿਕਰ ਕਰਨਾ ਹੈ, ਤੇ ਮੁਹੱਬਤ ਦੇ ਨਾਲ ਤੁਸੀਂ ਨਾਰਾ ਬੁਲੰਦ ਕਰਨਾ। ਸ਼ਾਹ ਸਾਹਿਬ ਨੂੰ ਪਤਾ ਲੱਗੇ ਕਿ ਬੜੇ ਜ਼ੋਕ ਵਾਲੇ ਬੰਦੇ ਨੇ, ਤੇ ਸ਼ਾਹ ਸਾਹਿਬ ਦਾ ਵੀ ਜ਼ੋਕ ਜਿਹੜਾ ਹੈ ਨਾ ਉਹ ਬੁਲੰਦ ਹੋਵੇ ਤੇ ਸਾਨੂੰ ਸਰਕਾਰ ਦੀਆਂ ਗੱਲਾਂ ਸੁਣਾਉਣ। ਨਾਰੇ ਤਕਬੀਰ, ਇੱਕ ਮਿੰਟ ਦੇ ਵਿੱਚ, ਨਾਲ ਸਜਾਦ ਤੋਂ ਉਹਨੇ ਗੱਲਾਂ ਲਈ। ਕੱਲ ਨਾ ਮੈਂ ਮਹਿਫਲ ਦੇ ਉੱਥੇ ਮੇਰੀ ਨਕਾਬਤ ਸੀ, ਫੈਜ਼ ਭਾਈ ਨੇ ਮੈਨੂੰ ਨਾ ਕਿਹਾ ਸੀ ਕਿ ਇੱਥੇ ਵੀ ਤੁਹਾਡੀ ਨਕਾਬਤ, ਲੇਕਿਨ ਬੜੀ ਮੁਹੱਬਤ ਦੇ ਨਾਲ ਭਾਈ ਨੇ ਕੀਤੀ। ਅੱਜ ਮੈਨੂੰ ਪਤਾ ਲੱਗਾ ਕਿ ਮੇਰੀ ਨਕਾਬਤ ਨਹੀਂ ਹੈ। ਉੱਥੇ ਮੈਂ ਇੱਕ ਲਫ਼ਜ਼ ਬੋਲਿਆ, ਮਾਸ਼ਾਅੱਲਾ ਇੰਨੇ ਕੁ ਜ਼ੋਕ ਵਾਲੇ ਬੰਦੇ ਸਨ ਨਾ, ਖੁਦਾ ਦੀ ਇੱਜ਼ਤ ਦੀ ਕਸਮ ਹੈ, ਕਸਮ ਤਾਂ ਚੁੱਕੀਏ ਤੁਸੀਂ ਜਿਹੜਾ ਨਾ ਯਕੀਨ ਕਰ ਲਓ, ਇੱਕ ਦਫ਼ਾ ਕਹੀ ਦਾ ਨਾ ਕਹੋ ਸੁਭਾਨ ਅੱਲਾ, ਤੇ ਯਕੀਨ ਕਰੋ ਭਾਵੇਂ ਕੋਈ ਬੁੱਢਾ ਬੰਦਾ ਸੀ ਨਾ, ਐਵੇਂ ਦੋਵੇਂ ਹੱਥ ਬੁਲੰਦ ਹੁੰਦੇ ਸਨ। ਇੱਕ ਗੱਲ ਕੀਤੀ ਸੀ ਮੈਂ, ਕਿਹਾ ਸਰਕਾਰ ਦੇ ਨਾਂ ਤੇ ਜਿਹੜੀਆਂ ਜਾਨਾਂ ਨੇ ਨਾ, ਅਸੀਂ ਸਰਕਾਰ ਦੇ ਨਾਂ ਤੇ ਨਹੀਂ ਕੁਰਬਾਨ ਕਰਨੀਆਂ ਤੇ ਕਿੱਥੇ ਕਰਨੀਆਂ, ਸਾਡੀਆਂ ਆਵਾਜ਼ਾਂ ਨਹੀਂ ਨਿਕਲਣ ਦੀਆਂ। ਤੇ ਤੁਸੀਂ ਮਾਸ਼ਾਅੱਲਾ ਅੱਲਾ ਪਾਕ, ਮੈਂ ਦੁਆ ਕਰਨਾ ਕਿ ਜਦੋਂ ਵਸੀਮ ਕਾਦਰੀ ਸਾਹਿਬ ਅਗਲੀ ਮਹਿਫਲ
ਮਹਿਫਲ ਕੁਰਾਨ ਛੱਤ ਤੇ ਤੇ ਬੰਦੇ ਯਾ ਅੱਲਾ ਉਹ ਕੱਲੀ ਜਿਹੜੇ ਤੇਰੇ ਨਾਂ ਦੇ ਉੱਤੇ ਬੋਲ ਸਕਣ ਮੈਂ ਫਿਰ ਦੁਆ ਕਰਨਾ ਯਾ ਅੱਲਾ ਬੰਦੇ ਉਹ ਮਹਿਫਲ ਚ ਕੱਲੀ ਜਿਹੜੇ ਤੇਰੇ ਮਹਿਬੂਬ ਦੇ ਨਾਂ ਤੇ ਜਾਨਾ ਕੁਰਬਾਨ ਹੱਥ ਕੁਰਬਾਨ ਕਰ ਕਰਕੇ ਕਹਿਣ ਸੁਭਾਨ ਅੱਲਾ ਮਾਸ਼ਾਅੱਲਾ ਹੁਣ ਪਤਾ ਲੱਗੇ ਨਾਰਾ ਬੁਲੰਦ ਕਰੋ ਨਾਰੇ ਤਕਬੀਰ ਜਿੰਨਾ ਦੇ ਹੱਥ ਬੁਲੰਦ ਨੇ ਮੈਂ ਦੁਆ ਦਿੰਦਾ ਮਾਲਕ ਉਹਨਾਂ ਨੂੰ ਫਾਲਜ ਤੋਂ ਮਹਿਫੂਜ਼ ਰੱਖੇ ਨਾਰਾ ਤਕਬੀਰ ਜਿਹੜਾ ਜਿਹੜਾ ਰਹਿਣਾ ਚਾਹੁੰਦਾ ਨਾਰੇ ਤਕਬੀਰ ਅੱਲਾ ਉਹਨੂੰ ਦਿਲ ਦੀ ਬਿਮਾਰੀ ਤੋਂ ਦੂਰ ਰੱਖੇ ਜਿਹੜਾ ਦੋਵੇਂ ਹੱਥ ਬੁਲੰਦ ਕਰੇ ਨਾਰੇ ਰਿਸਾਲਤ ਉਹ ਕਸਮ ਤੋੜ ਦਿੱਤੀ ਉਹ ਸਦਕੇ ਤੁਹਾਡੇ ਤੋਂ ਜਿਹੜੀ ਘਰੋਂ ਕਸਮ ਖਾ ਕੇ ਆਈ ਤੇ ਤੋੜ ਦਿੱਤੀ ਤੁਸਾਂ ਨਾਰੇ ਰਿਸਾਲਤ ਨਾਰੇ ਰਿਸਾਲਤ ਨਾਰੇ ਤਹਕੀਕ ਨਾਰੇ ਹੈਦਰੀ ਐਨ ਬੁੱਕੇ ਬਣਾਓ ਤੇ ਐਨ ਕਹਿਣਾ ਜ਼ਿੰਦਾਬਾਦ ਜ਼ਿੰਦਾਬਾਦ ਸਮਝ ਲੈ ਮਿਰਜ਼ੇ ਕਾਨੇ ਦੇ ਹਵਾਰੀ ਬੇਟੇ ਨੇ ਤੇ ਅਸੀਂ ਉਹਨਾਂ ਦੇ ਸੀਨਿਆਂ ਦੇ ਉੱਤੇ ਵਾਰ ਕਰਨ ਡੇ ਆ ਤਾਜਦਾਰੇ ਖਤਮੇ ਨਬੂਵਤ ਤਾਜਦਾਰੇ ਖਤਮੇ ਨਬੂਵਤ ਭਾਈ ਖਾਰਿਸ਼ ਵਾਧੋ ਕਰਿਓ ਦੋਵੇਂ ਹੱਥ ਬੁਲੰਦ ਕਰੋ ਤਾਜਦਾਰੇ ਖਤਮੇ ਨਬੂਵਤ ਤਾਜਦਾਰੇ ਖਤਮੇ ਨਬੂਵਤ ਸ਼ਾਹ ਜੀ ਤੁਹਾਨੂੰ ਮੁਬਾਰਕ ਹੋਏ ਤੁਹਾਡੇ ਲਈ ਤੁਹਾਨੂੰ ਮੁਬਾਰਕ ਹੋਏ ਸਾਡਾ ਅੱਲਾ ਮੁਹਾਫਜ਼ ਹੈ ਮੁਹੱਬਤ ਦੇ ਨਾਲ ਓਨੀ ਦੇਰ ਤੱਕ ਲੱਭਈ ਕਿ ਯਾ ਰਸੂਲ ਅੱਲਾ ਦੇ ਨਾਰੇ ਬੁਲੰਦ ਕਰ ਮੈਂ ਨਾ ਲੰਮਾ ਕਰੀ ਹੈ ਇੱਕ ਸਾਡੇ ਵਿੱਚ ਜਮਾਤ ਐਸੀ ਅਗਰ ਥੋੜਾ ਜਿਹਾ ਕਿਸੇ ਨੂੰ ਦੱਸਿਆ ਜਾਏ ਨਾ ਦਰਸ ਦਿੱਤਿਆ ਜਾਏ ਅਗਲੀ ਮਹਿਫਲ ਦੀ ਮੁਹੱਬਤ ਦੇ ਨਾਲ ਸੁਭਾਨ ਅੱਲਾ ਮਾਸ਼ਾਅੱਲਾ ਤੇ ਯਕੀਨ ਕਰੋ ਵਸੀਮ ਭਾਈ ਦੇ ਨਾਮਾ ਇਮਾਲ ਦੇ ਅੰਦਰ ਵੀ ਨੇਕੀਆਂ ਨੇ ਤੇ ਮੇਰੇ ਦੇ ਅੰਦਰ ਵੀ ਇੱਕ ਸਾਡੇ 'ਚ ਐਸੀ ਜਮਾਤ ਹੈ ਅਗਰ ਮਿੰਬਰ ਕਹਿੰਦੇ ਤਾਂ ਮਿੰਬਰ ਨੇ ਐਂਦ ਕਰਕੇ ਹੱਥ ਬੁਲੰਦ ਕਰ ਦੇਣਾ ਅਗਲਾ ਬੰਦਾ ਭਾਵੇਂ ਬੁੱਢਾ ਜਵਾਨ ਬੱਚਾ ਐਂਦ ਤੜਫ ਕੇ ਕਹਿੰਦਾ ਜੋ ਵੀ ਕਹਿੰਦੇ ਨਾ ਕਹੋ ਸਲਾਵਾਤ ਜੋ ਮਰਜ਼ੀ ਮੁਹੱਬਤ ਦੇ ਨਾਲ ਉਹ ਕਰਦੇ ਨੇ ਲੇਕਿਨ ਸਾਨੂੰ ਪਤਾ ਹੈ ਅਸੀਂ ਸੱਚੇ ਵੀ ਹਾਂ ਹਰ ਜਗ੍ਹਾ ਲਿਹਾਜ਼ ਦੇ ਨਾਲ ਸੱਜੇ ਹਾਂ ਅਸੀਂ ਫਿਰ ਚੁੱਪ ਆਪਣੀਆਂ ਮਹਿਫਲਾਂ ਦੇ ਅੰਦਰ ਇਹ ਲਮ੍ਹਾ ਫਿਕਰੀ ਹੈ ਮੁਹੱਬਤ ਦੇ ਨਾਲ ਅਗਲੀ ਮਹਿਫਲ 'ਚ ਤੁਸੀਂ ਜਾਓ ਇਹ ਤਾਂ ਜਿਹੜੀ ਗੁਜ਼ਰ ਗਈ ਹੈ ਨਾ ਗੁਜ਼ਰ ਗਈ ਹੈ ਅਗਲੀ ਮਹਿਫਲ ਭਾਵੇਂ ਕੱਲ੍ਹ ਹੋਏ ਮੁਹੱਬਤ ਦੇ ਨਾਲ ਤੁਸੀਂ ਸੁਭਾਨ ਅੱਲਾ ਮਾਸ਼ਾਅੱਲਾ ਕਹਿਣਾ ਹੁਣ ਓਨੀ ਦੇਰ ਤੱਕ ਨਾਰੇ ਬੁਲੰਦ ਕਰਨੇ ਨੇ ਲੱਭਈ ਕਿ ਯਾ ਰਸੂਲ ਅੱਲਾ ਦੇ ਜਿੰਨੀ ਦੇਰ ਤੱਕ ਸ਼ਾਹ ਸਾਹਿਬ ਖੁਤਬਾ ਸ਼ੁਰੂ ਨਾ ਕਰ ਦੇਣ ਲੱਭਈ 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 ਕਿ ਯਾ ਰਸੂਲ ਅੱਲਾ ਲੱਭਈ